ਜਿਹੜੇ ਤਿੰਨ ਵੱਡੇ ਇਲਜ਼ਾਮ ਨੇ ਨਾ, ਇਹ ਕਬੀਰ 'ਤੇ ਲੱਗੇ ਸਨ। ਕਬੀਰ 'ਤੇ ਕਤਲ ਦਾ ਇਲਜ਼ਾਮ ਵੀ ਲੱਗਿਆ, ਕਬੀਰ 'ਤੇ ਦੁਰਾਚਾਰ ਦਾ ਇਲਜ਼ਾਮ ਵੀ ਲੱਗਿਆ, ਕਬੀਰ 'ਤੇ ਚੋਰੀ ਦਾ ਇਲਜ਼ਾਮ ਵੀ ਲੱਗਿਆ। ਸੋਨੇ ਦੀਆਂ ਮੋਹਰਾਂ ਸੁੱਟ ਗਏ ਆਪ ਉਹਦੀ ਛੱਪਰੀ 'ਚ ਇੱਕ ਪਾਸੇ, ਅਤੇ ਜਾ ਕੇ ਥਾਣੇ ਰਿਪੋਰਟ ਕਰ ਦਿੱਤੀ, ਸਾਡੀ ਥੈਲੀ ਚੋਰੀ ਹੋ ਗਈ ਹੈ, ਕਬੀਰ ਆਇਆ ਸੀ, ਸਾਨੂੰ ਸ਼ੱਕ ਹੈ, ਉਹ ਲੈ ਗਏ। ਮਿਲ ਗਈ ਉਹਦੇ ਘਰੋਂ ਪਈ ਸੀ, ਤੋ ਕਬੀਰ ਚੋਰੀ 'ਚ ਵੀ ਪਕੜਿਆ ਗਿਆ ਸੀ। ਨਿਰਾ ਪਕੜਿਆ ਹੀ ਨਹੀਂ ਗਿਆ, ਸਿਕੰਦਰ ਲੋਧੀ ਨੇ ਸਜ਼ਾ ਦਿੱਤੀ, ਜੇਲ੍ਹ 'ਚ ਪਾ ਦਿੱਤਾ। ਚੋਰੀ ਦਾ ਇਲਜ਼ਾਮ, ਯਾਰੀ ਦਾ ਇਲਜ਼ਾਮ, ਕਤਲ ਦਾ ਇਲਜ਼ਾਮ ਕਬੀਰ 'ਤੇ ਲੱਗਿਆ। ਕਬੀਰ ਨੂੰ ਇਹ ਸੋਚਣਾ ਪਿਆ, ਇਹ ਇਲਜ਼ਾਮ ਲਾਉਂਦੇ ਰਹਿਣਗੇ ਲਾਉਂਦੇ ਰਹਿਣਗੇ, ਹੁਣ ਮੈਂ ਬੁੱਢਾ ਹੋ ਗਿਆ, ਬਿਰਧ ਹੋ ਗਿਆ, ਅਤੇ ਹੁਣ ਮੇਰੇ ਕੋਲ ਇਹਨਾਂ ਨਾਲ ਸੰਘਰਸ਼ ਨਹੀਂ ਆਉਂਦਾ, ਸਰੀਰ ਸਾਥ ਨਹੀਂ ਦਿੰਦਾ। ਤੋ ਪਤਾ ਕਿ ਲੋਈ ਨੂੰ ਕਹਿਣ ਲੱਗੇ, ਆਪਾਂ ਚੱਲਦੇ ਹਾਂ, ਬਨਾਰਸ ਛੋੜਦੇ ਹਾਂ। ਕਿੱਥੇ ਚੱਲੀਏ? ਉੱਥੇ ਚੱਲਦੇ ਹਾਂ ਜਿੱਥੇ ਪੁਰੀਆਂ ਵਿੱਚ ਰਹਿਣ ਵਾਲੇ ਨਾ ਹੋਣ। ਇਹ ਜਿਹੜਾ ਸੱਤਾਂ ਪੁਰੀਆਂ 'ਚ ਰਹਿੰਦੇ ਨੇ, ਇਹ ਨਾ ਹੋਣ, ਉੱਥੇ ਚੱਲਣਾ, ਨਹੀਂ ਤਾਂ ਤੰਗ ਕਰਨਗੇ। ਕਬੀਰ ਕਹਿੰਦੇ ਮਗਹਰ, ਆਪਾਂ ਮਗਹਰ ਚੱਲਦੇ ਹਾਂ। ਸ਼ਾਇਦ ਆਪ ਨੂੰ ਪਤਾ ਹੋਵੇ, ਮਗਹਰ ਦੀ ਧਰਤੀ ਨੂੰ ਸਰਾਪ ਦਿੱਤਾ ਗਿਆ ਗਣੇਸ਼ ਦਾ, ਐਸਾ ਪੁਰਾਣਕ ਮਤ ਹੈ। ਜਿਹੜਾ ਉੱਥੇ ਮਰੇਗਾ ਖੋਤੀ ਦੀ ਜੂਨ ਜਾਏਗਾ, ਕੋਈ ਲੰਘਦਾ ਹੀ ਨਹੀਂ। ਬਹੁਤ ਪੁਰਾਣੀ ਗੱਲ ਹੈ, ਗੋਰਖਪੁਰ ਤੋਂ ਮੈਂ ਮਗਹਰ ਜਾਣਾ ਸੀ, 15 ਮੀਲ ਦਾ ਰਸਤਾ, ਅਤੇ ਜਿਨ੍ਹਾਂ ਦੀ ਮੈਂ ਗੱਡੀ ਮੰਗੀ, ਉਹਦਾ ਡਰਾਈਵਰ ਕਹਿਣ ਲੱਗਾ ਮੈਂ ਨਹੀਂ ਲੈ ਜਾ ਸਕਦਾ, ਆਪ ਡਰਾਈਵ ਕਰਦੇ ਅਤੇ ਕਰੋ। ਮੈਂ ਕਿਹਾ ਮੈਨੂੰ ਰਸਤੇ ਦਾ ਨਹੀਂ ਪਤਾ। ਕਹਿੰਦਾ ਮਗਹਰ ਅਸੀਂ ਨਹੀਂ ਜਾਂਦੇ, ਸਾਡਾ ਦਮ ਕਿਧਰੇ ਨਿਕਲ ਗਿਆ, ਖੋਤੇ ਦੀ ਜੂਨ ਕੌਣ ਜਾਏ, ਅਸੀਂ ਉੱਥੇ ਨਹੀਂ ਜਾਂਦੇ। ਮੈਨੂੰ ਹੈਰਾਨਗੀ ਹੋਈ, ਡਰਾਈਵਰ ਵੀ ਡਰਦੇ ਨੇ, ਉੱਥੇ ਨਹੀਂ ਜਾਂਦੇ, ਗਣੇਸ਼ ਦੀ ਸਰਾਪੀ ਹੋਈ ਧਰਤੀ ਹੈ, ਕੁਛ ਜੁਲਾਹੇ ਉੱਥੇ ਰਹਿੰਦੇ ਨੇ ਮੁਸਲਮਾਨ, ਮੁਸਲਿਮ, ਕਿਉਂਕਿ ਉਹਨਾਂ ਵਾਸਤੇ ਮਗਹਰ ਮਗਹਰ ਨਹੀਂ ਹੈ। ਜੈਸੇ ਉਹਨਾਂ ਵਾਸਤੇ ਕਾਸ਼ੀ ਕਾਸ਼ੀ ਨਹੀਂ ਹੈ, ਤਾਂ ਮਗਹਰ ਮਗਹਰ ਨਹੀਂ ਹੈ। ਜੈਸੇ ਹਿੰਦੂ ਵਾਸਤੇ ਖਾਨਾ ਖੁਦਾ ਕਾਬਾ ਕਾਬਾ ਨਹੀਂ ਹੈ, ਉਹਨਾਂ ਵਾਸਤੇ ਕਾਸ਼ੀ ਕਾਸ਼ੀ ਨਹੀਂ ਹੈ। ਆਪਣੇ ਆਪਣੇ ਥਾਂ ਟਿਕਾਣੇ ਨੇ, ਆਪਣੇ ਆਪਣੇ ਲੋਕਾਂ ਨੇ ਸਵਰਗ ਬਣਾਏ ਹੋਏ ਨੇ, ਆਪਣੇ ਆਪਣੇ ਲੋਕਾਂ ਨੇ ਨਰਕ ਬਣਾਏ ਹੋਏ ਨੇ। ਤਾਂ ਇਹ ਨਰਕ ਸਾਡਾ ਨਹੀਂ ਹੈ, ਮਗਹਰ ਸਾਡਾ ਨਰਕ ਨਹੀਂ ਹੈ, ਮੁਸਲਮਾਨ ਰਹਿੰਦੇ ਨੇ। ਖੈਰ ਜਿਉਂ ਤਿਉਂ ਕਰਕੇ ਮੈਂ ਉੱਥੇ ਪਹੁੰਚਿਆ, ਸਮਾਧ ਬਣੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਜੈਸੇ ਅੰਤਿਮ ਸਮੇਂ ਸਰੀਰ ਨਹੀਂ ਮਿਲਿਆ, ਕਬੀਰ ਦਾ ਵੀ ਨਹੀਂ ਮਿਲਿਆ, ਸਰੀਰ ਨਹੀਂ ਲੱਭਿਆ। ਉੱਥੇ ਸਮਾਧ ਬਣਾਈ ਗਈ ਹੈ, ਜਿੱਥੋਂ ਸਰੀਰ ਗਾਇਬ ਹੋਇਆ ਹੈ, ਸਮਾਧ ਬਣਾਈ ਗਈ ਹੈ। ਚੱਲਣ ਲੱਗੇ, ਪਹਿਲੇ ਲੋਈ ਰੋਕਦੀ ਹੈ, ਘਰਵਾਲੀ ਰੋਕਦੀ ਹੈ, ਵੀ ਹੁਣ ਆਖਰੀ ਉਮਰੇ ਕਿੱਥੇ ਜਾਣਾ, ਜ਼ਿੰਦਗੀ ਸਾਰੀ ਇੱਥੇ ਕੱਟੀ ਹੈ।
ਪਰ ਕਬੀਰ ਨੇ ਹਟ ਕੀਤਾ, ਹੁਣ ਮੈਂ ਨਹੀਂ ਰਹਿਣਾ, ਹੁਣ ਮੇਰੇ ਕੋਲ ਸੰਘਰਸ਼ ਨਹੀਂ ਆਉਂਦਾ, ਹੁਣ ਸਰੀਰ ਮੇਰਾ ਬੁੱਢਾ ਹੋ ਗਿਆ, ਬਿਰਧ ਹੋ ਗਿਆ, ਹੁਣ ਮੈਂ ਨਹੀਂ ਸੰਘਰਸ਼ ਕਰ ਸਕਦਾ, ਹੁਣ ਮੈਂ ਆਰਾਮ ਨਾਲ ਬੈਠਣਾ ਚਾਹੁੰਦਾ। ਬਨਾਰਸ ਛੋੜ ਕੇ ਜਦ ਨਿਕਲਣ ਲੱਗੇ, ਉਹੀ ਸਬਤਪੁਰੀਆਂ ਦੇ ਰਹਿਣ ਵਾਲੇ ਪਤਾ ਕੀ ਕਹਿੰਦੇ ਨੇ, ਕਬੀਰ ਆਪ ਆਪਣੀ ਬਾਣੀ 'ਚ ਕਹਿੰਦੇ ਨੇ, ਸਗਲ ਜਨਮ ਸਿਵਪੁਰੀ ਬਿਤਾਇਆ, ਮਰਤੀ ਬਾਰ ਮਗ ਹਰ ਉੱਠਦਾ ਆਇਆ, ਸਾਰੀ ਜ਼ਿੰਦਗੀ 'ਤੇ ਰਿਹਾ ਬਨਾਰਸ ਦੇ 'ਚ, ਅਤੇ ਹੁਣ ਮਰਨ ਦਾ ਵੇਲਾ ਆਇਆ ਅਤੇ ਜਾ ਰਿਹਾ ਮਗ ਹਰ। ਕਾਸ਼ੀ ਮਗ ਹਰ ਸੰਭੀ ਚਾਰੀ, ਇਹ ਕੈਸਾ ਭਗਤ ਹੈ, ਕਾਸ਼ੀ ਅਤੇ ਮਗਰ ਨੂੰ ਇੱਕੋ ਹੀ ਸਮਝਦਾ, ਕਾਸ਼ੀ ਰਹਿੰਦਾ ਸੀ, ਹੁਣ ਸਿੱਧਾ ਮਗਰ, ਦੋਹਾਂ ਨੂੰ ਬਰਾਬਰ ਮੰਨਦਾ। ਕਾਸ਼ੀ ਮਗ ਹਰ ਸੰਭੀ ਚਾਰੀ, ਹੋਛੀ ਭਗਤ ਕੈਸੇ ਉਤਰਸ ਪਾਰੀ, ਇਹ ਭਗਤ ਹੋਛਾ ਹੈ, ਹੋਛਾ ਹੈ, ਭਗਤ ਮਾਲ ਦੇ 'ਤੇ ਲਿਖਿਆ ਹੈ, ਕਈ ਗਾਲਾਂ ਵੀ ਕੱਢੀਆਂ ਉਹਨਾਂ, ਨਿਰਾ ਹੋਛਾ ਨਹੀਂ ਆਖਿਆ, ਹੋਰ ਵੀ ਬਥੇਰਾ ਕੁਛ ਆਖਿਆ, ਪਰ ਕਬੀਰ ਸਭੇ ਭਾਸ਼ਾ ਵਰਤਦੇ ਪਏ, ਸਭਿਅਤਾ ਦੇ ਦਾਰੇ ਦੀ ਸਭੇ ਭਾਸ਼ਾ ਵਰਤਦੇ ਪਏ। ਹੋਛੀ ਭਗਤ ਕੈਸੇ ਉਤਰਸ ਪਾਰੀ, ਇਹ ਭਗਤ ਹੋਛਾ ਹੈ, ਕਹਿਵਾਉਂਦਾ ਆਪਣੇ ਆਪ ਨੂੰ ਭਗਤ ਹੈ, ਹੋਛਾ ਹੈ, ਕਾਸ਼ੀ ਅਤੇ ਮੈਂ ਘਰ ਨੂੰ ਬਰਾਬਰ ਸਮਝਦਾ। ਜਦੋਂ ਕਾਸ਼ੀ ਰਿਹਾ ਤੁਸੀਂ ਰਹਿਣ ਨਹੀਂ ਦਿੱਤਾ, ਅੱਜ ਜਾਂਦਾ ਪਿਆ ਅਤੇ ਤੁਸੀਂ ਗਾਲਾਂ ਕੱਢਦੇ। ਲੋਹੀ ਕਹਿੰਦੀ ਹੈ ਰਹਿ ਜਾਈਏ ਇੱਥੇ, ਜ਼ਿੰਦਗੀ ਦੇ ਇਤਨੇ ਦਿਨ ਇੱਥੇ ਕੱਟੇ ਨੇ, ਬਾਕੀ ਵੀ ਇੱਥੇ ਕੱਟ ਲਈ। ਤੂੰ ਕਬੀਰ ਦਾ ਇਹ ਫਰਮਾਨ, ਕਹਿਤ ਕਬੀਰ ਸੁਨੋਰੀ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੇ ਜੋ ਹੋਈ। ਹਿਰਦੇ ਵਿੱਚ ਰਾਮ ਹੋਣਾ ਚਾਹੀਦਾ, ਮਗਹਰ ਹੀ ਕਾਸ਼ੀ ਬਣ ਜਾਂਦੀ ਹੈ, ਹਿਰਦੇ ਵਿੱਚ ਰਾਮ ਨਹੀਂ ਹੈ ਤਾਂ ਕਾਸ਼ੀ ਵੀ ਮਗਹਰ ਹੈ। ਰਾਮ ਹਿਰਦੇ ਜੋ ਹੋਈ, ਹਿਰਦੇ 'ਚ ਰਾਮ ਹੋਣਾ ਚਾਹੀਦਾ, ਹਿਰਦੇ ਜੋ ਹੈ ਪ੍ਰਭੂ ਦੀ ਯਾਦ ਹੋਣੀ ਚਾਹੀਦੀ। ਕਬੀਰ ਤਾਂ ਇੱਥੇ ਤੱਕ ਕਹਿੰਦੇ ਨੇ, ਮੁਖਤਸਰ ਮੈਂ ਅਰਜ਼ ਕਰਾਂ, ਜੋ ਤਨ ਕਾਸ਼ੀ ਤਜੇ ਕਬੀਰਾ, ਰਮਈਏ ਕਹਾ ਨਿਹੋਰਾ। ਜੇ ਮੈਂ ਕਾਸ਼ੀ 'ਚ ਮਰ ਜਾਵਾਂ ਤਾਂ ਰੱਬ ਦਾ ਕੀ ਅਹਿਸਾਨ ਹੋਇਆ, ਉਹ ਤਾਂ ਮਰਨ ਨਾਲ ਹੀ ਮੈਂ ਸ਼ਿਵਾਂ ਦੀ ਪੁਰੀ ਜਾਵਾਂਗਾ, ਬਸ ਮਰਨਾ ਹੀ ਕਾਫੀ ਹੈ। ਨਹੀਂ, ਫਿਰ ਰੱਬ ਦਾ ਕੀ ਨਿਹੋਰਾ, ਰੱਬ ਦਾ ਕੀ ਅਹਿਸਾਨ, ਫਿਰ ਰੱਬ ਨੇ ਸਾਨੂੰ ਕੀ ਦਿੱਤਾ, ਜਿੱਥੇ ਮਰਨ ਹੀ ਨਾਲ ਹੀ ਸਾਨੂੰ ਸਵਰਗ ਮਿਲ ਗਿਆ। ਜੋ ਤਨ ਕਾਸੀ ਤਜੇ ਕਬੀਰਾ, ਰਮਈਏ ਕਹਾ ਨਿਹੋਰਾ। ਫਿਰ ਰੱਬ ਦਾ ਸਾਡੇ 'ਤੇ ਕੀ ਅਹਿਸਾਨ, ਫਿਰ ਰੱਬ ਰੱਬ ਕਿਹੜੀ ਗੱਲ ਹੈ। ਨਹੀਂ, ਮਰਨਾ ਮਗਹਰ ਦੇ 'ਚ ਹੈ, ਜਾਣਾ ਰਾਮ ਦੇ ਦੇਸ਼। ਇੰਨੀ ਦ੍ਰਿੜਤਾ, ਇਤਨੀ ਦ੍ਰਿੜਤਾ।